ये रहे थे लोग इन्ने वधिया ना इन्ने वधिया में वो उत्ते डाक दे बंदे आटे उत्ते ओए रोक दो हुण सारे थके पे है कि ओ फटे मुंह तेरा ते डे सेवर हुंदे आ ਉਹਨਾਂ ਤੁਸੀਂ ਇਹ ਕਿ ਇੱਕ ਵਾਰੀ ਉਹ ਟਿਕਟ ਬਾਏ ਕਰ ਲਓ ਪੂਰਾ ਦਿਨ 24 ਘੰਟੇ ਜਿੱਥੇ ਮਰਜ਼ੀ ਘੁੰਮੋ ਜਿੱਥੇ ਮਰਜ਼ੀ ਉਤਰੋ ਜਿੱਥੇ ਮਰਜ਼ੀ ਜਾਓ ਗਰੁੱਪ ਡੇ ਸੇਵਰ ਆਮੇ ਇਸ ਰੂਪੀਏ ਆ ਜਿਹੜੇ 5 ਪੌਂਡ ਲੱਭੇ ਨਾ ਇਹ ਹੀ ਬਸ ਦਾ ਕਿਰਾਇਆ ਲੈਣਾ ਪਾਪਾ ਇੰਨਾ ਹੀ ਉਹ ਟਰੈਵਲ ਕਰਾਂਗੇ ਟਾਈਮ 3:30 ਹੋ ਗਿਆ ਹੁਣ ਜਾ ਕੇ ਆਪਾਂ ਘਰੋਂ ਨਿਕਲੇ ਆ ਆਪਾਂ ਚੱਲਨੇ ਆ ਬਰਮਿੰਗਮ ਟਾਊਨ ਬਾਏ ਬਸ ਜਾਵਾਂਗੇ ਹੂ हूँ बस स्टॉप ते आए हैं लवेंगे ग्रुप सेवर पैक आंदा 8 पौंड दा 5 जन ट्रैवल कर सकते इतने ना ग्रुप सेवर होंगे यार डे सेवर होंगे ਉਹਨਾਂ ਤੁਸੀਂ ਇਹ ਕਿ ਇੱਕ ਵਾਰੀ ਉਹ ਟਿਕਟ ਬਾਏ ਕਰ ਲਓ ਪੂਰਾ ਦਿਨ 24 ਘੰਟੇ ਜਿੱਥੇ ਮਰਜ਼ੀ ਘੁੰਮੋ ਜਿੱਥੇ ਮਰਜ਼ੀ ਉਤਰੋ ਜਿੱਥੇ ਮਰਜ਼ੀ ਜਾਓ ਤੇ ਇੱਥੇ ਗਰੁੱਪ ਵਾਲੇ ਵਧੀਆ ਜੀ 5 ਜਣੇ ਹੈਗੇ ਆ ਸੋ ਇੱਥੋਂ 8 ਪੌਂਡ ਦਾ ਇੱਕ ਉਹ ਗਰੁੱਪ ਸੇਵਰ ਪੈਕ ਮਿਲਣਾ ਵਾ ਸੋ ਉਹਨਾਂ ਬਾ ਟਰੈਵਲ ਕਰਾਂਗੇ 5 ਜਣੇ 8 ਪੌਂਡ ਦੇ ਵਿੱਚ ਆਉਣ ਜਾਣ ਸੋ ਵਧੀਆ ਯਾਰ ਬੱਸਾਂ ਦੇ ਵੀ ਸਿਸਟਮ ਵਧੀਆ ਵਾ ਬਸ ਹੁਣ 2 ਮਿੰਟ 'ਚ ਬੱਸ ਆ ਜਾਣੀ ਆ ਫਿਰ ਚੱਲਦੇ ਆ ਬਰਮਿੰਗਮ ਟਾਊਨ तारा ग्रुप ਗਰੁੱਪ ਦੇ 5 ਬੰਦੇ ਨੇ ਦੇ ਰਹਿਣਾ 5 ਮੈਕਸਿਮਮ ਨਹੀਂ ਘੱਟ ਵੀ ਹੁੰਦਾ ਚੱਲੂਗਾ ਬਟ 5 ਮੈਕਸਿਮਮ ਹਾਂ ਹਾਂ ਚਲੋ ਆ ਗਈ ਬਸ ਆ ਗਈ ਆ ਫੜੋ ਲਾ ਦੇ ਓਏ ਕਾਰ ਆਪਾਂ ਇੱਥੋਂ ਵੀ ਚੜਦਾਂ ਇਹ ਕਿ ਦੂਸਰੇ ਉਧਰੋਂ ਲੰਘਣਾ ਇਹ ਲੈ ਦੇ ਉਹਨੇ ਨਹੀਂ ਬਾਏ ਬਾਏ ਕਰੀ ਬਸ ਨਹੀਂ ਆਇਆ ਤੋਂ ਆ ਗਈ ਸਾਡੀ ਨਹੀਂ ਆਇਆ ਤੋਂ ਓਏ ਉੱਪਰ ਚੱਲਾਂਗੇ ਆਹੋ ਤੇ ਜਾਣਾ ਤੇ ਜਗ੍ਹਾ ਮਿਲੇ ਤਾਂ ਬੈਨ ਸੰਤਾ ਬੜੀ ਹੋ ਗਈ Group D saver. How many is there for you? 5. You need to stay downstairs. There's no room upstairs. Is it? On here. You might have to wait for the next one. Okay. Wait for the room. I need you to come downstairs. There's no standing upstairs. No standing upstairs. Yeah. Thank you. ਇਹ ਬਸ ਤਾਂ ਯਾਰ ਪੂਰੀ ਭਰੀ ਹੋਈ ਆ ਹੁਣ ਆਪਾਂ ਨੈਕਸਟ ਬਸ ਤੇ ਜਾਵਾਂਗੇ ਪਿੱਛੇ ਕਿੰਨਾ ਟ੍ਰੈਫਿਕ ਲੱਗ ਗਿਆ ਇਸ ਤਾਂ ਆ ਰੋਡ ਦੇ ਨੇ ਫੁੱਲ ਟ੍ਰੈਫਿਕ ਇਹ ਹੀ ਬੰਦਾ ਹੈ ਜਦ ਹੁਣ ਤਰਾਉਂ ਲਿਆ ਆ ਇਹ ਕਿੰਨਾ ਅਗਲੇ ਸ਼ੋਅ ਤੇ ਚੱਲੀਏ ਦੇਖਿਆ ਹੀ ਜ਼ਿੰਦਗੀ ਚ ਹੈ ਹੀ ਭਰਾ ਬਸ ਤੇ ਜਾਈਦਾ ਲਾਈਫ ਤੇ ਪਹਿਲੀ ਰੀ ਜਦੋਂ ਮੈਂ ਯੂਕੇ ਆਇਆ ਹੈ ਇਦਾਂ ਬਸ ਬਾਹਰ ਆਏ ਵੀ 1.5 ਸਾਲ ਚ ਪੂਰਾ ਜਦੋਂ ਮੈਂ ਇੱਥੇ ਆ ਗਿਆ ਇਹ
ਸਾਰੇ ਕਿਤੇ ਹਰ ਚੌਂਕ ਤੇ ਨਾ ਬੱਸ ਬੰਦ ਕਰ ਦਿੰਦੇ ਜੀ ਇੱਥੇ ਉਧਰ ਨਾ ਆਪਾਂ ਪਾਰਕ ਸਟ੍ਰੀਟ ਹੁਣ ਪਾਰਕ ਸਟ੍ਰੀਟ ਆਪਾਂ ਉਤਰੇ ਆ ਤੇ ਇੱਥੋਂ ਬਸ ਹੁਣ ਪੈਦਲ ਹੀ ਘੁੰਮਾਂਗੇ ਇਹ ਆਹ ਕੀ ਹੈ ਸਾਹਮਣੇ ਮੋਲ ਆ ਬੜਾ ਸੋਹਣਾ ਯਾਰ ਆਪਾਂ ਹੁਣ ਬਰਮਿੰਘਮ ਦੇ ਟਾਊਨ ਏਰੀਏ 'ਚ ਆ ਗਏ ਹਾਂ ਇੱਧਰ ਸਾਰੀਆਂ ਸਬਜ਼ੀ ਮੰਡੀ ਕਹਿ ਲਓ ਫਰੂਟ ਮੰਡੀ ਕਹਿ ਲਓ ਇੱਥੇ ਬਾਉਲ ਦੇ ਹਿਸਾਬ ਨਾਲ ਪ੍ਰਾਈਜ਼ ਹੁੰਦਾ ਯਾਰ ਇੱਥੇ ਆ ਫਰੂਟ ਮੰਡੀ ਜਮ੍ਹਾਂ ਹੀ ਇੰਡੀਆ ਵਾਲਾ ਹਿਸਾਬ ਆ ਜਿਵੇਂ ਉੱਥੇ ਬੋਲਦੇ ਨਹੀਂ ਆ 10 ਰੁਪਏ ਕਿਲੋ 20 ਰੁਪਏ ਕਿਲੋ ਉਵੇਂ ਇੱਥੇ 1.2 ਬੋਲ 1.2 ਬੋਲ ਇਹ ਬਰਮਿੰਘਮ ਟਾਊਨ ਦੀ ਮੇਨ ਚਰਚ ਆ ਅੱਛਾ ਯਾਰ ਕ੍ਰਿਸਮਸ ਟ੍ਰੀ ਕਿੰਨਾ ਸੋਹਣਾ ਬਣਾਇਆ ਲਾਈਟਨਿੰਗ ਬਹੁਤ ਘੈਂਟ ਹੁੰਦੀ ਆ ਸਹੀ ਗੱਲ ਯੂਕੇ 'ਚ ਕ੍ਰਿਸਮਸ ਬਹੁਤ ਧੂਮਧਾਮ ਨਾਲ ਮਨਾਉਂਦੇ ਆ ਯਾਰ ਅਤੇ ਟਾਈਮ 4:30 ਹੋਏ ਆ ਅਤੇ ਸਨਸੈੱਟ ਹੋ ਗਿਆ ਹੋਇਆ ਵਾ 4:22 'ਤੇ ਹੀ ਆਹ ਬੋਲਡਰਿੰਗ ਦੇ ਲਾਗੇ ਆਹ ਸਾਹਮਣੇ ਸਾਰੀ ਜਰਮਨ ਮਾਰਕੀਟ ਆ ਕ੍ਰਿਸਮਸ ਕਰਕੇ ਐਂ ਪੂਰੀ ਇਹਨਾਂ ਨੇ ਐਂ ਲਿਸ਼ਕਾਈ ਹੋਈ ਆ ਇਹ ਸਾਰੀ ਜਰਮਨ ਮਾਰਕੀਟ ਅੱਗੇ ਤੱਕ ਹੁਣ ਮੈਗਡੀ ਆਏ ਹਾਂ ਰੈਪ ਖਾਣ ਵਾਸਤੇ ਅਤੇ ਪਹਿਲੀ ਵਾਰੀ ਮੁੰਡਿਆਂ ਨੇ ਵੈੱਜ ਹੀ ਖਾਣਾ ਇੱਥੋਂ ਇਹਦੇ ਇੱਥੇ ਚਿਕਨ ਹੀ ਚੱਲਦਾ ਇਹਨਾਂ ਦੇ ਸੋ ਵੈੱਜ ਹੀ ਰੈਪ ਕਰਾਏ ਆ ਔਡਰ ਹੈਗਾ ਵਾ ਸਾਡਾ ਡਬਲ ਸਿਕਸ ਥੈਂਕ ਯੂ ਇੱਧਰ ਟਿਮ ਹੋਟਲ ਸਾ ਇੱਧਰ ਸਟਾਰਬਕਸ ਆ ਪੂਰਾ ਕੰਪਟੀਸ਼ਨ ਚੱਲਦਾ ਇਹਨਾਂ ਦਾ ਇੱਧਰ ਚੱਲਦੇ ਆ ਰਾਜੂ ਉਧਰ ਸਾਹਮਣੇ ਜਾਇੰਟ ਵੀਲ ਇੱਧਰ ਸਾਰੇ ਲਾ ਲਓ ਕਿ ਝੂਲੇ ਵਗੈਰਾ ਲੱਗੇ ਹੋਏ ਆ ਜਿਹੜਾ ਬ੍ਰਿਜ ਆਈ ਸਪਰੇ ਵਾਲਾ
हरमन प्लस टू के पेपर नकल मार के दिते यार लाइब्रेरी च आए हैं कि तगड़ी लाइब्रेरी है देखियो साडा वैसे लाइब्रेरी कोई कम नहीं बस वॉशरूम यूज करना आए हैं इधर ही शायद डाउन डाउन इतने लाइब्रेरी नालों की 30% है सिर्फ जो पढ़ना आए हैं वह भी अपने लैपटॉप लैके आए बुक का की फायदा यार इन्नी बड़ी लाइब्रेरी का अं दो चार जने गाने सुन रहे चलो उन्हों की मर्जी है सब तो खतरनाक है एक उधर 360 आ एक आ वाला देखो खंबे बिल्कुल लग नहीं जाता वा पर चक्कर बहुत होने यार फिलहाल तो इतने उत्ते जाने का कोई प्लैन नहीं है एक बंदा कह रहा साढ़ा भी चलीए पर नहीं हुण आइस स्केटिंग वाला तो कोई प्लैन नहीं बट यार एयर झूले का प्लैन बन गया वा सो साडी नैक्सट राइड आ हरमन कहिंदा मैं नहीं जाना आप तीन जने जा रहे हैं चीकन की आवाज सुन रहे तुम यार मैं भी मना करने पर मैं चलो हम आए हैं तो राइड ला ही लेने बट हम थोड़ा मैं डर लगे लग पाया तो साढ़े एक बंदे ने फोन थोड़े छोड़ लिया यार बचे तो नहीं पहला बीबे का भी दिल नहीं सानू वेख के ना दिल बन गया बीबे तेन पता नहीं कि खतरनाक हरमन मिस करेगा तू ना ऑलराइट नहीं है तू ये दीदा पहला सोचे ही यार ओवर राइड देवे पर ठीक ठाक आता वंडरलैंड भी हैगी वंडरलैंड ही याद ही आवली फोन फोन कट के फड़ना पैना तक तक हो रेडी थले नहीं सुके मोड़ दे बड़ी खतरनाक उत्ते डगते बंदे आडे उत्ते सारे
बस बस खत्म खत्म होगी राइड क्रेजी यार क्रेजी मजेदार एक जो उत्तो आया घूमे ना थले नू पैर ही वेखदे पर डिगन ही लगे डिगन ही लगे अठ पॉइंट टोटल ही वर्थी यार हरमन कैंड गल बात राइड खतरनाक ही पर मजा आया यार कैंड ही यार ना नाइस ही यार ध्यान हां जी किवें रिहा यार ओए बड़ा मजा आया यार सच्ची कैंड ही यार चक्कर चक्कर भी नहीं आए पर कैंड ही आहा मेरा परना बहुत ज्यादा टाइट था करके चक्कर चक्कर नहीं आए बट चक्कर नहीं होवे ओ किथे एक और ने तेरे नाल गया ही उत्ते रह गया उत्ते रह गया अपना बंदा पुट्ठा करदे ही ना मजा ही काम करके आया मुंडा थकिया पिया तां करके हुण असीं जर्मन कैफे रुके आ ते इक आ गार्लिक ब्रेड कराई आ विद चीज विदाउट टॉपिंग अच्छा नहीं खानी फिर बीबे ने बीबे नहीं खानी ਕਹਿੰਦਾ ਨਾ ਵਾਦਾ ਕੀ ਯਾਰ ਉਹ ਯਾਰ ਸੋ ਪਰਸੋ ਯਾਰ ਵਾਏ ਨੋਈ ਇੱਕ ਵਾਰ ਲੈ ਲਾ ਫੋਰ ਇਟ ਇਸ ਟ੍ਰੂ ਐਂਡ ਆ ਵਾਂਟ ਟੂ ਸੇ ਵਾਈ ਲੇ ਕੀ ਬੜੀ ਸੇ ਰਹਾ ਹੈ ਹੈਡ ਰੋ ਟੂ ਜੀਸਸ ਕ੍ਰਾਈ लोग इन्ने वधिया ना इन्ने वधिया मिल के जाते इन्ना वधिया ट्रीट करते एरिए जाके मजा आया यार जी जर्मन मार्केट है सारी मैं मूसे वाले का कोई कहते वो नहीं है मैं भंगड़े का कोई लाओ इतने भंगड़े लाने सारे आ जाओ ठीक है सारे
ਅੰਕਲ ਨੂੰ ਹੁੰਦਾ ਹੈ ਸਟੈਪ ਸਾਰੇ ਨਾ ਯਾਰ ਪੰਜਾਬੀ ਗਾਣੇ ਸੁਣ ਕੇ ਯਾਰ ਅੰਦਰੋਂ ਭੰਗੜਾ ਆਉਂਦਾ ਅੰਦਰੋਂ ਫਿਰ ਤੋਂ ਵਜੇ ਕੀ ਆ ਜੀ ਨਾ ਹੁਣ ਟਾਊਨ ਤੋਂ ਵਾਪਸ ਜਾ ਰਹੇ ਹਾਂ ਘਰ ਵੱਲ ਨੂੰ ਬਹੁਤ ਘੁੰਮ ਲਿਆ ਯਾਰ ਹੁਣ ਤਾਂ ਲੱਤਾਂ ਪੀੜ ਹੋਣ ਲੱਗ ਪਈਆਂ ਹੁਣ ਘਰ ਚੱਲਦੇ ਆ 6 ਨੰਬਰ ਬੱਸ 'ਤੇ ਬਹਿਣਾ ਵਾ ਕਿੰਨਾ ਟਾਈਮ ਲੱਗਣਾ ਅੱਧਾ ਘੰਟਾ 26 ਮਿੰਟ ਹੁਣ ਇੱਥੋਂ ਸਾਨੂੰ ਟਾਊਨ ਤੋਂ ਘਰ ਜਾਣ 'ਤੇ 26 ਤੋਂ 30 ਮਿੰਟ ਲੱਗਣੇ ਆ ਕਿਉਂਕਿ ਦਿਨੇ ਟ੍ਰੈਫਿਕ ਹੁੰਦਾ ਵਾ ਉਦੋਂ ਜ਼ਿਆਦਾ ਲੱਗ ਜਾਂਦਾ ਵਾ ਰਾਤ ਨੂੰ ਤਾਂ ਯਾਰ ਟਾਈਮ ਘੱਟ ਹੁੰਦਾ ਤਾਂ ਕਰਕੇ ਬਸ ਹੁਣ ਘਰ ਲੱਤਾਂ ਥੱਕ ਗਈਆਂ ਹੋਣਾ ਯਾਰ ਫਿਰ ਮੂਡ ਹੈਗਾ ਸੀ ਦੁਬਾਰਾ ਜਾ ਕੇ ਰਾਊਂਡ ਮਾਰ ਕੇ ਆਉਂਦੇ ਹਾਂ ਪਰ ਨਾ ਯਾਰ ਲੱਤਾਂ ਨੇ ਜਵਾਬ ਦੇ ਦਿੱਤਾ ਬੀਬੇ ਦਾ ਦਿਲ ਹੈਗਾ ਸੀ ਪਰ ਕੋਈ ਗੱਲ ਨਹੀਂ ਬੀਬੀ ਸੈਟਰਡੇ ਆਵਾਂਗੇ ਹਾਲੇ ਕਲੱਬ ਚੱਲਾਂਗੇ ਬੀਬੇ ਨੂੰ ਠੰਡਾ ਕੀਤਾ ਹੋਇਆ ਵਾ ਸੀਪਾਂ ਲਾ ਲਾ ਕੇ ਕੋਈ ਨਹੀਂ ਯਾਰ ਫਿਰ ਕੀ ਹੋਇਆ ਸਾਰਿਆਂ ਦਿਨ ਆਉਂਦਾ ਵਾ ਹੁਣ ਵਾਪਸ ਆ ਚੁੱਕੇ ਜੀ ਟਾਊਨ ਤੋਂ ਘੁੰਮ ਫਿਰ ਕੇ ਟਾਊਨ 'ਚ ਇੰਨਾ ਕੁ ਮਜ਼ਾ ਆਇਆ ਭੰਗੜਾ ਪਾਇਆ ਹੋਏ ਹੋਏ ਨਜ਼ਾਰਾ ਆ ਗਿਆ ਯਾਰ ਬਾਕੀ ਜਿਹੜਾ ਆਪਾਂ ਉਹ ਰਾਈਡ ਲਈ ਏਅਰ ਰਾਈਡ ਉਹ ਵੀ ਬੜੀ ਘੈਂਟ ਸੀ ਯਾਰ ਬਾਕੀ ਯਾਰ ਵਧੀਆ ਰਿਹਾ ਅੱਜ ਦਾ ਐਕਸਪੀਰੀਅੰਸ ਬਾਕੀ ਕੱਲ੍ਹ ਘੁੰਮਦੇ ਫਿਰਦੇ ਹਾਂ ਅਤੇ ਇੱਕ ਹੋਰ ਪਲੈਨ ਹੈਗਾ ਵਾ ਇੱਕ ਹੋਰ ਯਾਰ ਉਸ ਆ ਰਿਹਾ ਵਾ ਲੰਡਨ ਸੋ ਉਹਨਾਂ ਸਕੋਟਲੈਂਡ ਬਾਈਕ ਕਾਰ ਜਾਣ ਦਾ ਪਲੈਨ ਆ ਸੋ ਬਾਕੀ ਅਗਲੇ ਵਲੋਗ ਤੁਹਾਨੂੰ ਦੇਖਣ ਨੂੰ ਮਿਲੂਗਾ ਬਾਕੀ ਜਿਹੜੇ ਬਰਮਿੰਗਮ ਵਾਲੇ ਆ ਕੋਈ ਦੱਸਿਓ ਯਾਰ ਵਧੀਆ ਜਗ੍ਹਾ ਇੱਥੇ ਘੁੰਮਣ ਫਿਰਨ ਵਾਸਤੇ ਅਤੇ ਹੋਰ ਵੀ ਕਾਫੀ ਪਲੈਨਸ ਹੈਗੇ ਅਤੇ ਹਾਂ ਹੋਰ ਕਾਫੀ ਕਮੈਂਟਸ ਆ ਰਹੇ ਸੀ ਪਿਛਲੇ ਵਲੋਗ 'ਤੇ ਕਿ ਇਮੀਗ੍ਰੇਸ਼ਨ ਐਕਸਪੀਰੀਅੰਸ ਸ਼ੇਅਰ ਕਰੋ ਸੋ ਉਹਦਾ ਵੀ ਆਪਾਂ ਇੱਕ ਸੈਪਰੇਟ ਵਲੋਗ ਬਣਾਵਾਂਗੇ ਸੋ ਹੁਣ ਤਾਂ ਯਾਰ ਥੱਕ ਥੁੱਕ ਕੇ ਪੈਦਲ ਤੋਂ ਉਤਰ ਕੇ ਬੱਸ ਹੋ ਗਈ ਆ ਥੱਕ ਗਈਆਂ ਹੁਣ ਡਿਨਰ ਕਰਦੇ ਹਾਂ ਅਤੇ ਹੋਪ ਕਰਦੇ ਕਿ ਤੁਹਾਨੂੰ UK ਵਾਲੇ ਵਲੋਗ ਵਧੀਆ ਲੱਗ ਰਿਹਾ ਲੰਡਨ ਵੀ ਜਾਵਾਂਗੇ ਸਾਊਥ ਵੱਲ ਘੁੰਮਾਂਗੇ ਸਾਰਾ ਹਾਲੇ ਆਪਾਂ ਬਰਮਿੰਗਮ 3-4 ਦਿਨ ਘੁੰਮਾਂਗੇ ਸੋ ਮਿਲਦੇ ਤੁਹਾਨੂੰ ਅਗਲੇ ਲੋਕ ਚਾਹੇ ਸਪੋਰਟ ਕਰਦੇ ਰਹੋ ਪਿਆਰ ਕਰਦੇ ਰਹੋ UK ਵਾਲੇ ਕੈਂਡ ਵਲੋਗ ਆਉਂਦੇ ਰਹਿਣਗੇ ਸੋ ਹੁਣ ਡਿਨਰ ਕਰੀਏ ਅਤੇ ਵਲੋਗ ਐਡਿਟ ਕਰੀ ਪਿਛਲਾ ਵਲੋਗ ਆਈ ਥਿੰਕ 30-40 ਮਿੰਟ ਦਾ ਵਾ ਉਹਨੂੰ ਐਡਿਟ ਕਰਨ ਦੇ 3-4 ਘੰਟੇ ਲੱਗ ਗਏ ਯਾਰ ਸੋ ਹੁਣ ਥੋੜ੍ਹੀ ਰੈਸਟ ਕਰਦੇ ਹਾਂ ਅਤੇ ਮਿਲਦੇ ਤੁਹਾਨੂੰ ਅਗਲੇ ਵਲੋਗ 'ਚ ਟਿਲ ਦੈਨ ਬਾਏ ਬਾਏ ਟੇਕ ਕੇਅਰ ਇੱਦਾਂ ਹੀ ਪਿਆਰ ਕਰਦੇ ਰਹੋ ਤੁਹਾਡੀ ਸਪੋਰਟ ਕਰਕੇ ਹੀ ਬਸ ਘੁੰਮੀ ਫਿਰੀ ਜਾਂਦੇ ਹਾਂ ਰੱਬ ਰੱਖ ਹੁਣ ਸਾਰੇ ਥੱਕੇ ਪਏ ਆ ਕਿ ਫਿਟੇ ਮੂੰਹ ਤੇਰਾ ਗੁੱਡ ਨਾਈਟ ਕਿਹੜਾ ਦਿਲ ਨਹੀਂ ਸੀ ਉੱਠ ਕੇ ਬਟਨ ਬੰਦ ਕਰ ਦੀ ਚੱਪਲ ਨਾਲ ਲਾਈਟ ਬੁਝਾ ਦਿੱਤੀ ਆ ਚੱਲਦੀ ਕਿੱਦਾਂ ਵਾ ਹਲਾ ਗਏ ਉਹਨੂੰ ਫਿਰ ਤੋਂ ਉਹਨੂੰ ਲਾ ਕੇ ਸਵੇਰ ਉੱਠ ਕੇ ਚਲੋ ਜੀ ਗੁੱਡ ਨਾਈਟ ਜੀ ਇਹ ਚੱਪਲ ਸੀਗੀ ਟੋਪੀ ਸੀ ਟੋਪੀ ਸੀ